ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਅੱਜ ਆ ਸੀਨ ਹੋਇਆ ਸੀ, ਤੁਸੀਂ ਦੇਖ ਸਕਦੇ ਹੋ ਇੱਥੇ ਅਵਤਾਰ ਸਿੰਘ ਜੀ ਜਿਹੜੇ ਸਾਡੇ ਚੈਨਲ ਦੂਜਾ ਜਾਣਾ ਲੈ ਜਿਹਨਾਂ ਦਾ 84 ਨੂੰ ਚੈਨਲ। ਸੋ ਸਾਨੂੰ ਇੱਕ ਖਬਰ ਮਿਲੀ ਸੀ ਕਿ ਜਿੱਥੇ ਇੱਕ ਸਿੱਖ ਨੌਜਵਾਨ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਗਿਆ, ਉਹਦੇ ਬਾਅਦ ਉਹਦੇ ਕੇਸਾਂ ਨੂੰ ਖੋਲ ਲਿਆ ਗਿਆ ਜੀ। ਇੱਕ ਤਰੀਕੇ ਦੀ ਬੇਅਦਬੀ ਹੈਗੀ ਹੈ ਜੇ ਤੁਸੀਂ ਆ ਸਿੰਘ ਨੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜੋ ਹੈ ਤੁਸੀਂ ਕਿੰਨੇ ਵਜੇ ਦੇ ਆਏ ਹੋ ਉੱਥੇ? ਮੇਰੇ 2:30 ਵਜੇ ਦੇ। 2:30 ਇੱਕ ਮਿੰਟ ਆਡ ਭਾਈ ਸਾਹਿਬ ਸੁਣੋ ਕਿ ਮੈਨੂੰ ਗੱਲ, ਜਿਹੜੀ ਕੁੜੀ ਨੇ ਥੱਪੜ ਮਾਰਿਆ PCR ਆਈ ਹੋਈ ਸੀ ਉਹਦੇ ਸਾਹਮਣੇ ਸਾਹਮਣੇ ਬੜਾ ਮਾਰਿਆ ਵੀਡੀਓ ਹੈਗੀ ਭਾਈ ਉਹਦਾ, ਉਹ ਸਾਰਾ ਕੁਝ ਆ ਕੇ ਜਿਹੜੀ ਮਾਤਾ ਨੇ ਬੋਲਿਆ ਵਿੱਚ 84 ਦਵਾ ਦਾਂਗੇ ਤੇ ਟੈਰਰਿਸਟ ਨੇ ਇਹਨਾਂ ਨੂੰ ਪੰਜਾਬ ਭੇਜੋ। ਇਹ ਦੇਖੋ ਮੇਰੇ ਬਾਬਾ ਜੀ ਨੇ ਜਿਹੜੀ ਗੱਲ ਕਹੀ ਇਹ ਮਾਨਸਿਕ ਚਾਹ ਖੋਟ ਹੈ, ਇਹ ਕੀੜਾ ਹੈ, ਕੀੜਾ ਕੱਢਣਾ ਹੈ, ਗੱਲ ਕਰਨ ਦੋ, ਇਹ ਕੀੜੇ ਨੂੰ ਕੱਢੋ, ਗੱਲ ਕਰਨ ਦੋ। ਮੈਂ ਆਪ ਜੀ ਅਗਰ ਹੋ ਗਏ ਇੱਕ ਪੱਧਰ ਤੇ ਹੋ ਤਾਂ ਉਹਨੂੰ ਕੰਮ ਕਰੋ ਸਾਹਿਬ, ਕੋਈ ਨਹੀਂ ਸ਼ਾਂਤੀ ਨਾਲ ਸਭ ਕੰਮ ਹੁੰਦਾ, ਸਭ ਕੰਮ ਹੁੰਦੇ। ਜੇ ਦੀਨ ਹਰਾਜ ਰਾਜ ਬਿਨਾ ਨਾ ਤਰਮ ਚਲੇ ਹੈ, ਹਲੋ ਬਿਨਾ ਸਭ ਦੇ ਲੈ ਬਣੇ ਹੋ ਤੋਂ ਰਾਜ ਬਿਨਾ ਨਾ ਤਰਮ ਚਲੇ ਹੈ, ਹਲੋ ਬਿਨਾ ਸਭ ਦੇ ਲੈ ਬਣੇ ਹੋ ਤੋਂ ਗੱਜ ਕੇ ਨਗਾਰੇ ਜਾਵੇ।